ਅਰਸ਼ ਹਾਂ ਜੀ ਆ ਦਰਾਏ ਕੋਲ ਯਾਰ ਕੀ ਹਾਲ ਚਾਲ ਹੈ ਠੀਕ ਠਾਕ ਹੈ ਤੁਸੀਂ ਅੱਛਾ ਇੱਕ ਮਿੰਟ ਗੱਲ ਦੱਸ ਪਿਛਲੀ ਵਾਰੀ ਜਦੋਂ ਆਪਾਂ ਕੈਨੇਡਾ ਆਏ ਆ ਤੂੰ ਦੱਸਿਆ ਸੀ ਕਿ ਪਾਪਾ ਗਾਲਾਂ ਬੜਾ ਕੱਢਦੇ ਨੇ ਆਪਾਂ ਸਮਝਾ ਕੇ ਗਏ ਸੀਗੇ ਹੁਣ ਕੋ ਸਮਝੇ ਡੈਡੀ ਓਕੇ ਪਰ ਹੁਣ ਉਹ ਘੱਟ ਬੋਲਦੇ ਆ ਅੱਛਾ ਘੱਟ ਬੋਲਦੇ ਆ ਹਾਂਜੀ ਤੂੰ ਬੰ ਤੁਸੀਂ ਅੰਦਰ ਜਾ ਜਸਟ ਬੀ ਅਵੇਅਰ ਓਕੇ ਇਹ ਆਪਾਂ ਘੱਟ ਬੋਲਾਂਗੇ ਕੋ ਹਾਲ ਚਾਲ ਤੇ ਪੁੱਛਾਂਗੇ ਨਾ ਉਹ ਗਾਰਡਨ ਦੇ ਵਿੱਚ ਪੰਜਾਬੀ ਮੰਜੇ ਤੇ ਬੈਠੇ ਆ ਯਾਰ ਆਪਣਾ ਯਾਰ ਆ ਨੂੰ ਸਮਝਾਇਆ ਪੱਕਾ ਗਾਲਾਂ ਨਹੀਂ ਕੱਢਦਾ ਨਾ ਨਾ ਨਹੀਂ 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 ਪੱਕਾ ਉਹਦਾ ਗਾਲਾਂ ਨਹੀਂ ਕੱਟੇਗਾ ਪਤਾ ਨਹੀਂ ਹੁਣ ਤਾਂ ਜੀ ਗੁੱਡ ਲੱਕ ਹੋਰ ਵੇ ਲਵਿੰਦਰ ਸਿੰਘ ਜੀ ਹਾਲ ਚਾਲ ਯਾਰ ਉਹ ਅਰਸ਼ ਕਹਿੰਦਾ ਪਿਆ ਬਾਪੂ ਨੇ ਬੋਲਣਾ ਹੀ ਬੰਦ ਕਰਤਾ ਘੱਟ ਬੋਲਦਾ ਬੜਾ ਵਧੀਆ ਹੋਇਆ ਯਾਰ ਤੂੰ ਗਾਲਾਂ ਗੁਲਾਂ ਬੰਦ ਕਰਤੀਆਂ ਚੇਂਜ ਆ ਗਈ ਸਾਡੇ ਸਮਝਾਉਣ ਤੋਂ ਬਾਅਦ ਕਹਿੰਦੇ ਗਾਲਾਂ ਕੱਢਦਾ ਹੀ ਨਹੀਂਗਾ ਗਾਲਾਂ ਕੱਢਣੀ ਬੰਦ ਕਰਦੀ ਬੋਲਦਾ ਹੀ ਨਹੀਂ ਕਹਿੰਦਾ ਚੱਲ ਯਾਰ ਹੁਣ ਕੋਈ ਹਾਲ ਤੇ ਪੁੱਛ ਲੈ ਓ ਯਾਰ ਬੋਲਣਾ ਕੀ ਹੈ ਜੇ ਮੈਂ ਬੋਲਦਾ ਫਿਰ ਕਹਿੰਦੇ ਭੈਣ ਜੁਗੇ ਗਾਲਾਂ ਕੱਢਦਾ ਉਹਦੇ ਨਾਲ ਭੈਣ ਬੋਲੋ ਹੀ ਨਾ ਆਪੇ ਨਾ ਕੋਈ ਸਮਝੇ ਕਿ ਸਾਲਾ ਕਿਹਨੂੰ ਗਾਲ ਹੀ ਨਾ ਲੱਗੇ ਹਨਾ ਜੇ ਗੁੱਸਾ ਤਾਂ ਹੀ ਲੱਗਦਾ ਜੇ ਭੈਣ ਬੋਲੀਏ ਮੈਂ ਕਿਸੇ ਭੈਣ ਗਾਲ ਨਹੀਂ ਕੱਢਦਾ ਫਿਰ ਵੀ ਕਹੀ ਕਹਿੰਦੇ ਗਾਲ ਕੱਢਦਾ ਗਾਲ ਕੱਢਦਾ ਜਿੱਦਾਂ ਦੀ ਮਰਜ਼ੀ ਹੋਵੇ ਜੇ ਮੈਂ ਗਾਲ ਨਹੀਂ ਨਾ ਕੱਢਦਾ ਫਿਰ ਵੀ ਸਾਲੇ ਕਹਿੰਦੇ ਆ ਕਿ ਮੈਨੂੰ ਗਾਲ ਕੱਢਦਾ ਕਿਹੜੇ ਭੈਣ ਕੰਮੇ ਬੰਦੇ ਲੋਕ ਜੇ ਮੈਂ ਨਹੀਂ ਗਾਲਾਂ ਕੱਢਦਾ ਫਿਰ ਵੀ ਸਾਲੇ ਕਿਤੇ ਗਾਲਾਂ ਕੱਢਦਾ ਕਿਹੜੇ ਭੈਣ ਗਾਲ ਕੱਢਦਾ ਕਿਹੜੇ ਭੈਣ ਮੈਨੂੰ ਤਾਂ ਪਤਾ ਵੀ ਨਹੀਂ ਸਾਲਾ ਫਿਰ ਮੈਨੂੰ ਕਹਿੰਦੇ ਸਾਲੇ ਗਾਲ ਕੱਢਦਾ ਐਡੇ ਨਿਕੰਮੇ ਬੰਦੇ ਜੇ ਮੈਂ ਬੋਲਦਾ ਫਿਰ ਕਿਤੇ ਬੋਲਦਾ ਨਹੀਂ ਬੋਲਦਾ ਤਾਂ ਕਿਤੇ ਬੋਲਦਾ ਯਾਰ ਤੂੰ ਕਹਿੰਦਾ ਸੀ ਤੇਰਾ ਬਾਪੂ ਬੋਲਦਾ ਨਹੀਂ ਉਹ ਤਾਂ ਗਾਲਾਂ ਹੀ ਬੜੀਆਂ ਕੱਢਦਾ ਯਾਰ ਇੰਨੀਆਂ ਗਾਲਾਂ ਕੱਢੀਆਂ ਕਮਾਲ ਆ ਯਾਰ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਯਾਰ ਫੁੱਦੂ ਬੰਦਾ ਆ ਭੈਣ ਨੂੰ ਅਕਲ ਨਹੀਂ ਆਉਂਦੀ